ਸੁਪਰ ਸੀਡਰ ਦੇ ਆਪਾਂ 3 ਸਾਲ ਤੋਂ ਨੰਬਰ 1 ਤੇ ਚੱਲ ਰਹੇ ਹਾਂ। ਵਾਹ। ਉਸ ਤੋਂ ਬਾਅਦ ਗੇਅਰ ਤੁਸੀਂ ਅੰਦਰ ਬਣਦੇ ਦੇਖੇ? ਬਿਲਕੁਲ। ਸਭ ਤੋਂ ਵੱਡੀ ਚੀਜ਼ ਕੀ ਹੈ, ਜਿਹੜੇ ਇਹਦੇ ਅੰਦਰ ਸਪੇਅਰ ਨੇ, ਗੇਅਰ ਨੇ, ਉਹ ਤੁਹਾਨੂੰ ਸਾਲੋ ਸਾਲ ਤੱਕ ਮਿਲਦੇ ਰਹਿਣਗੇ। ਉਹਦਾ ਕਾਰਨ ਕੀ ਹੈ ਕਿ ਇਨਹੋਸ ਹੀ ਬਣਦਾ ਸਾਰਾ ਕੁਝ, ਡਾਈਆਂ ਅੰਦਰ ਹੀ ਪਈਆਂ ਨੇ। ਜਾਂ ਗੇਅਰਾਂ ਦੇ ਉੱਤੇ ਆਪਾਂ 2 ਸਾਲ ਦੀ ਵਾਰੰਟੀ ਦਿੰਦੇ ਹਾਂ, ਵੈਸੇ ਸੁਪਰ ਸੀਡਰ ਉੱਪਰ ਹੀ ਹੈ, ਪਰ ਗੇਅਰਾਂ ਦੇ ਉੱਪਰ ਆਪਣੀ 2 ਸਾਲ ਦੀ ਵਾਰੰਟੀ ਹੈ, ਜਿਹੜਾ ਕੋਈ ਨਹੀਂ ਦਿੰਦਾ ਜੀ। ਪਿਛਲੇ ਸਾਲ ਅਸੀਂ ਡਿਜ਼ਾਇਨ ਕਰੀ ਸੀ ਇਹ, ਪਿਛਲੇ ਸਾਲ ਅਸੀਂ ਸਾਰੇ ਸੁਪਰ ਸੀਡਰ ਆਹ ਟਾਈਮ ਨਾਲ ਦਿੱਤੇ ਹਾਂ ਜੀ। ਇਹਦੇ ਉੱਪਰ ਦੇਖੋ 2 ਸੁਰਾਖ ਨੇ, ਜਿੱਥੋਂ ਦੀ ਖਾਦ ਅਤੇ ਬੀਜ ਜਾਂਦਾ ਜੀ। ਇਹਦੇ ਥੱਲੇ ਵੀ 2 ਸੁਰਾਖ ਨੇ ਦੇਖੋ ਜੀ, ਖਾਦ ਅਤੇ ਬੀਜ, ਇੱਕ ਉੱਪਰ ਆ ਇੱਕ ਥੱਲੇ ਆ। ਇਹਦੇ ਨਾਲ ਕੀ ਹੁੰਦਾ, ਖਾਦ ਅਤੇ ਬੀਜ ਆ ਜਿਹੜਾ ਉਹ ਅਲੱਗ ਅਲੱਗ ਗਿਰਦਾ, ਉਹ ਜਿਹੜਾ ਪਾਊਡਰ ਹੁੰਦਾ ਰੇਹ ਦਾ ਆਪਣਾ ਦਾ ਖਾਦ ਦਾ ਜੀ, ਉਹ ਦਾਣੇ ਦੇ ਉੱਪਰ ਕੋਟਿੰਗ ਕਰ ਦਿੰਦਾ ਸੀ। ਜਿੰਨੇ ਦਾਣੇ ਉੱਤੇ ਕੋਟਿੰਗ ਹੋ ਗਈ DAP ਦੀ, ਉਹ ਦਾਣੇ ਨਹੀਂ ਉੱਗਦੇ। ਆਪਾਂ ਨੇ ਹਰੇਕ ਤਰ੍ਹਾਂ ਦੀ ਮਿੱਟੀ, ਚਾਹੇ ਰੇਤਲੀ ਮਿੱਟੀ, ਹਾਰਡ ਮਿੱਟੀ ਆ, ਹਰੇਕ ਜਗ੍ਹਾ ਸਾਰੇ ਰਾਜਾਂ ਦੇ ਵਿੱਚ, ਜਿਵੇਂ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਬਿਹਾਰ, MP, ਸਾਰੇ ਸਟੇਟ ਦੇ ਵਿੱਚ ਇਹੀ ਸੁਪਰ ਹੀਟਰ ਚੱਲੂਗਾ, ਇੱਕ ਜਿਹੜਾ ਡਿਜ਼ਾਇਨ ਕਰਤਾ ਆਪਾਂ ਨੇ ਲਾਏ ਹੋਏ ਨੇ। ਇਹਦੇ ਬਲੇਡਾਂ ਦੇ ਤੁਸੀਂ ਦੇਖੋ, ਡਿਜ਼ਾਇਨ ਇਸ ਹਿਸਾਬ ਨਾਲ ਕੀਤਾ ਹੋਇਆ ਵੀ ਲੋਅ ਟਰੈਕਟਰ 'ਤੇ ਘੱਟ ਆਵੇ ਅਤੇ ਡੂੰਘਾਈ ਜ਼ਿਆਦਾ ਲਵੇ, ਅਤੇ ਜਿਹੜੀ ਪਰਾਲੀ ਯਾਰ ਮਿੱਟੀ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਵੇ। ਹੁਣ ਆਹ ਸਾਈਡ 'ਤੇ ਗੇਅਰ ਆ ਜਿਹੜਾ ਜੀ, ਗੇਅਰ ਦੀ ਮਤਲਬ ਕੁਆਲਿਟੀ ਦੇਖੋ ਤੁਸੀਂ ਕਿੰਨਾ ਸਾਫ਼। ਗੇਅਰ ਅਸੀਂ ਬਿਰੇ ਬਣਦੇ ਦੇਖੇ, ਹਾਂ ਤੁਸੀਂ ਉੱਥੇ ਬਣਦੇ ਵੀ ਦੇਖੇ ਦੇ ਵਿੱਚ, ਇਹ ਸਾਈਡ 'ਤੇ ਗੇਅਰ ਜਿਹੜਾ ਮੈਂ ਤੁਹਾਨੂੰ ਹੁਣੇ ਦਿਖਾਇਆ ਸੀ। ਮੈਂ ਕਿਸਾਨ ਵੀਰਾਂ ਨੂੰ ਦੱਸਣਾ ਚਾਹੁੰਦਾ ਕਿ ਸਬਸਿਡੀ ਹਰੇਕ ਸਾਲ ਆਉਂਦੀ ਵਾ, ਕਈ ਪਿਛਲੇ ਕਈ ਸਾਲਾਂ ਦੁਆਰੇ, ਪਰ ਇਸ ਸਾਲ ਸਰਕਾਰ ਨੇ ਸਬਸਿਡੀ ਦੀਆਂ ਦਰਾਂ ਵਧਾ ਤੀਆਂ। 50% ਦੇ ਵਿੱਚ 1,05,000 ਆਉਂਦੀ ਸੀ ਜੀ, ਐਤਕੀ 1,20,000 ਆ ਰਹੀ ਆ। ਮੰਨ ਕੇ ਚਲੋ ਜੀ ਆਹ ਲੈਣਾ ਹੋਵੇ ਤਾਂ 1,20,000 ਦੀ ਸਬਸਿਡੀ ਸਿੰਗਲ ਨੂੰ ਇੰਡੀ। 60 horsepower ਦਾ ਟਰੈਕਟਰ 9,60,000 ਰੁਪਇਆ ਸਰਕਾਰ ਨੇ ਸਬਸਿਡੀ ਦੇਣੀ ਓ ਦੇਣੀ ਆ ਹਰੇਕ ਗਰੁੱਪ 'ਚ। ਕਿਵੇਂ ਰਿਹਾ ਰਿਜ਼ਲਟ, ਕੁੱਲ ਮਿਲਾ ਕੇ ਸੱਚੀ ਸੱਚੀ ਜੀ ਗੱਲ ਦੱਸਦੇ। ਬਸ ਝੂਠ ਆਪਾਂ ਪਹਿਲੇ ਨਹੀਂ ਮਾਰਦੇ ਜੀ, ਮੇਰੇ ਨਾਲ ਤਾਂ ਰਿਜ਼ਲਟ ਬਹੁਤ ਵਧੀਆ ਰਿਹਾ ਜੀ ਇਹਦਾ, ਐਗਰੀ ਜ਼ੋਨ ਦਾ ਉਹ ਸੀ, ਅਤੇ ਇਹਦੇ ਨਾਲ ਮੇਰਾ ਝਾੜ ਦਾ ਬਹੁਤ ਫਰਕ ਪਿਆ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਐਗਰੀ ਜ਼ੋਨ ਵਾਲਿਆਂ ਕੋਲ ਆ ਪਹੁੰਚੀ ਆਪਾਂ ਪਟਿਆਲੇ ਦੇ ਵਿੱਚ। ਤੁਹਾਨੂੰ ਮੈਂ ਦੱਸਦਾ, ਇਹ ਖੇਤੀਬਾੜੀ ਦੇ ਵਿੱਚ ਬਹੁਤ ਵੱਡੀ ਕ੍ਰਾਂਤੀ ਦਾ ਨਾਮ ਆ ਐਗਰੀ ਜ਼ੋਨ। ਜੋ ਚੀਜ਼ ਲੋਕ ਸੋਚਦੇ ਆ ਪਰ ਇਹ ਬਣਾ ਦਿੰਦੇ ਆ, ਮਤਲਬ ਲੋਕਾਂ ਦੀ ਸੋਚ ਤੋਂ ਵੀ ਅੱਗੇ ਚੱਲਦੇ ਆ। ਬਾਈ ਗੁਰਪ੍ਰੀਤ ਆਪਣੇ ਨਾਲ ਵੀਰੇ, ਸਤਿ ਸ਼੍ਰੀ ਅਕਾਲ, ਕੀ ਹਾਲ ਨੇ, ਚੜ੍ਹਦੀ ਕਲਾ ਜੀ? ਵਧੀਆ ਵੀਰੇ, ਵਧੀਆ। ਬਾਈ ਜੀ, ਵੱਡੀ ਗੱਲ ਇਹ ਆ ਵੀ ਦੱਸਿਆ ਜਾਂਦਾ ਵੀ ਛੋਟੀ ਚੀਜ਼ ਤੋਂ ਲੈ ਕੇ ਵੀ, ਨਟ ਤੋਂ ਲੈ ਕੇ ਵੀ, ਹਾਂਜੀ, ਪੂਰੀ ਮਸ਼ੀਨ ਆਪਣੇ ਇਨ ਹਾਊਸ ਹੀ ਫੈਕਟਰੀ ਬਣਦੀ ਹੈ। ਬਿਲਕੁਲ ਜੀ, ਤੇ ਲੋਹਾ ਵੀ ਕਹਿੰਦੇ ਸਕ੍ਰੈਪ ਵਾਲਾ ਨਹੀਂ, ਟਾਟਾ ਦਾ ਵਰਤਦੇ, ਟਾਟਾ ਦਾ ਵੀ ਹੁੰਦਾ। ਤੇ ਇਦੋਂ ਬਿਨਾਂ ਕੋਈ ਖਾਸੀਅਤ ਮੈਨੂੰ ਹੈਗੀ ਤਾਂ ਦੱਸੋ, ਕਿਉਂਕਿ ਲੋਕ ਬਹੁਤ ਕੁਛ ਇਸ ਚੀਜ਼ ਬਾਰੇ ਜਾਣਦੇ ਆ। ਇਹਦੇ ਵਿੱਚ ਖਾਸੀਅਤ ਖਾਸੀਅਤ ਹੈ ਜੀ, ਹਾਂ, ਮੰਨ ਕੇ ਚਲੋ ਐਗਰੀ ਜ਼ੋਨ ਆ ਜਿਹੜਾ ਉਹ ਜਾਣਿਆ ਹੀ ਜਾਂਦਾ ਟੈਕਨੋਲੋਜੀ ਵਾ ਜੀ। ਬਿਲਕੁਲ, ਟੈਕਨੋਲੋਜੀ, ਸਰਵਿਸ ਤੇ ਕੁਆਲਿਟੀ, 3 ਚੀਜ਼ਾਂ ਦਾ ਨਾਂ ਆ ਐਗਰੀ ਜ਼ੋਨ ਜੀ। ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਦਈਏ ਜੀ ਸੁਪਰ ਸੀਡਰ ਦੀ ਜੀ। ਸੁਪਰ ਸੀਡਰ ਦੇ ਆਪਾਂ 3 ਸਾਲ ਤੋਂ ਨੰਬਰ 1 ਤੇ ਚੱਲ ਰਹੇ ਹਾਂ ਸੇਲ ਦੇ ਵਿੱਚ ਜੀ। 3 ਸਾਲ ਜੀ ਪਹਿਲਾਂ, 4 ਸਾਲ ਪਹਿਲਾਂ ਕੰਪਨੀ ਆਈ ਹੈ, 2020 ਦੇ ਵਿੱਚ ਲਾਂਚ ਕੀਤਾ ਸੀ ਇਹ ਬ੍ਰਾਂਡ GSN ਇੰਡਸਟਰੀ, ਆਪਣਾ ਪੁਰਾਣਾ ਬ੍ਰਾਂਡ। ਅਤੇ ਇਹਦੇ ਵਿੱਚ ਜੀ ਆਪਾਂ ਗੱਲ ਕਰੀਏ ਲੋਹੇ ਤੋਂ ਲੈ ਕੇ, ਜਿੱਦਾਂ ਤੁਸੀਂ ਪਹਿਲਾਂ ਕਿਹਾ ਲੋਹਾ ਸਾਰਾ ਟਾਟਾ ਦਾ ਲੱਗਿਆ ਹੋਇਆ ਜੀ, ਹਾਂਜੀ, ਲੋਕਲ ਮੇਡ ਕੋਈ ਨਹੀਂ ਹੈਗਾ। ਅਤੇ ਉਸ ਤੋਂ ਬਾਅਦ ਗੇਅਰ ਤੁਸੀਂ ਅੰਦਰ ਬਣਦੇ ਦੇਖੇ, ਬਿਲਕੁਲ, ਸਭ ਤੋਂ ਵੱਡੀ ਚੀਜ਼ ਕੀ ਹੈ, ਜਿਹੜੇ ਇਹਦੇ ਅੰਦਰ ਸਪੇਅਰ ਨੇ, ਗੇਅਰ ਨੇ, ਉਹ ਤੁਹਾਨੂੰ ਸਾਲੋ ਸਾਲ ਤੱਕ ਮਿਲਦੇ ਰਹਿਣਗੇ। ਉਹਦਾ ਕਾਰਨ ਕੀ ਹੈ ਕਿ ਇਨਹੋਸ ਹੀ ਬਣਦਾ ਸਾਰਾ ਕੁਝ, ਡਾਈਆਂ ਅੰਦਰ ਹੀ ਪਈਆਂ ਨੇ। ਮੰਨ ਕੇ ਚਲੋ ਵੀ ਆਹ ਮਤਲਬ ਕਿ ਚਲੋ ਵੀ ਆਹ ਢੰਗ ਬੰਦ ਹੋ ਜੇ, ਹਾਂਜੀ, ਮਤਲਬ ਕਿਸੇ ਕੋਲ ਪੁਰਾਣੇ ਪਏ ਆ, ਪੁਰਾਣੇ ਪਏ, ਮਤਲਬ ਉਹਨੂੰ ਸਮਾਨ ਦੀ ਘਾਟ ਨਹੀਂ ਲੜਕੂਗੀ, ਸਪੇਅਰ ਪਾਰਟਸ ਦੀ, ਸਪੇਅਰ ਪਾਰਟ ਦੀ ਕੋਈ, ਉਹ ਮਿਲਣਗੇ ਸਾਂਚੇ ਪਏ ਆ ਤੁਹਾਡੇ ਕੋਲ ਜੀ। ਦੂਸਰੀ ਚੀਜ਼ ਕੀ ਆ, ਗੇਅਰਾਂ ਦੇ ਉੱਤੇ ਆਪਾਂ 2 ਸਾਲ ਦੀ ਵਾਰੰਟੀ ਦਿੰਦੇ ਹਾਂ, ਵੈਸੇ ਸੁਪਰ ਸੀਡਰ ਉੱਪਰ ਹੀ ਆ, ਪਰ ਗੇਅਰਾਂ ਦੇ ਉੱਪਰ ਆਪਣੀ 2 ਸਾਲ ਦੀ ਵਾਰੰਟੀ ਹੈ, ਜਿਹੜਾ ਕੋਈ ਨਹੀਂ ਦਿੰਦਾ ਜੀ। ਅਤੇ ਸਾਨੂੰ ਰੀਸ ਕਰਕੇ ਦੇਣ ਲੱਗ ਗਏ ਹੁਣ, ਕੋਈ ਕਹਿ ਨਹੀਂ ਸਕਦਾ।
ਤੇ ਉਸ ਤੋਂ ਬਾਅਦ ਸਭ ਤੋਂ ਜਿਹੜੀ ਇਹ ਖਾਸ ਵਧਾਂਗੇ ਆਪਾਂ, ਹਾਂਜੀ ਹਾਂਜੀ, ਜਿਵੇਂ ਗੇਅਰਾਂ ਦਾ ਅਸੀਂ ਉਹ ਚੈੱਕ ਕਰਦੇ ਆ ਫੈਕਟਰੀ 'ਚ ਅਸੀਂ ਦੇਖ ਕੇ ਆਏ ਹਾਂ, ਹਾਂਜੀ, ਮਤਲਬ ਥਰਮਾਮੀਟਰ 'ਚ ਲਾ ਲਾ ਦੇਖੇ ਜਾਂਦੇ, ਪਤਾ ਨਹੀਂ ਕੀ ਤਕਨੀਕ ਸੀ ਉਹਨਾਂ ਕੋਲ, ਜਦੋਂ ਇਹ ਆਵਾਜ਼ ਚੈੱਕ ਕਰਦੇ ਆ ਦੀ, ਉਹ ਕੀ ਕਾਰਨ ਆ ਉੱਥੇ? ਉੱਥੇ ਕਾਰਨ ਕੀ ਹੈ, ਜਦੋਂ ਉਹਨੂੰ ਫਿੱਟ ਕਰਦੇ ਨੇ ਮੁੰਡੇ, ਗੇਅਰਾਂ ਦੀ ਮੈਚਿੰਗ ਪ੍ਰੋਪਰ ਹੋਵੇ ਉਹਦੇ ਵਾਸਤੇ ਸਾਊਂਡ ਚੈੱਕ ਕਰਦੇ ਨੇ, ਜੇ ਗੇਅਰਾਂ ਦੀ ਮੈਚਿੰਗ ਪ੍ਰੋਪਰ ਨਹੀਂ ਹੋਊਗੀ ਇੱਕ ਦੂਜੇ ਨਾਲ, ਗੇਅਰ ਮੈਚ ਹੋ ਕੇ ਨਹੀਂ ਚੱਲੂਗਾ ਤਾਂ ਇਹ 'ਚ ਆਵਾਜ਼ ਆਊਗੀ ਪਹਿਲਾਂ ਹੀ ਜੀ, ਉਹ ਉੱਥੇ ਦੇਖ ਲੈਂਦੇ ਨੇ ਜਦ ਫਿੱਟ ਕਰਦੇ ਨੇ, ਫਿਰ ਇਹਦੀ ਵਾਈਬ੍ਰੇਸ਼ਨ ਵੀ, ਗੇਅਰ ਜੇ ਨਹੀਂ ਸਹੀ ਮਸ਼ੀਨਿੰਗ ਹੋਏ ਹੋਣਗੇ ਉਹ ਅਨਬੈਲੈਂਸ ਚੱਲਣਗੇ, ਤੇ ਲੀਕੇਜ, ਸਾਰੀਆਂ ਟੈਸਟਿੰਗ ਪਹਿਲਾਂ ਹੀ ਹੋ ਜਾਂਦੀਆਂ ਨੇ ਉੱਥੇ ਜਦੋਂ ਗੇਅਰ ਬਣਾਉਂਦੇ ਨੇ ਜੀ, ਬਿਲਕੁਲ, ਤੇ ਉਸ ਤੋਂ ਬਾਅਦ ਜਦੋਂ ਤੁਸੀਂ 4G 'ਚ ਗਏ ਹੋਵੋਗੇ ਉੱਥੇ ਤਾਂ ਐਕਸਰਾ ਹੁੰਦਾ ਦੇਖਿਆ ਹੋਊਗਾ ਗੇਅਰ, ਬਿਲਕੁਲ ਬਿਲਕੁਲ, ਉਹ ਐਕਸਰਾ ਵੀ ਕਰਦੇ ਨੇ ਜਦੋਂ ਇਹਦੀ 4G ਹੁੰਦੀ ਆ, ਉਦੋਂ ਬਾਅਦ ਉਹ ਐਕਸਰਾ ਕਰਦੇ ਨੇ ਇੱਕ, ਇਹਦੇ ਅੰਦਰ ਕੋਈ ਕ੍ਰੈਕ ਤਾਂ ਨਹੀਂ ਹੈਗਾ, ਜਿਵੇਂ ਮਨੁੱਖੀ ਹੱਡੀਆਂ ਦਾ ਹੁੰਦਾ, ਹੱਡੀਆਂ ਦਾ ਹੁੰਦਾ, ਵੈਸੇ ਉਹ ਨੰਗੀਆਂ ਅੱਖਾਂ ਨੂੰ ਆਪਾਂ ਨੂੰ ਕੁਛ ਨਹੀਂ ਦਿਖਦਾ, ਇਹੀ ਕੁਆਲਿਟੀ ਕਰਕੇ ਆਪਾਂ ਸਾਰਾ ਕੁਛ ਅੰਦਰ ਹੀ ਬਣਾਉਂਦੇ ਹਾਂ, ਸਾਰਾ ਕੁਛ ਮੇਨਟੇਨ ਰਹੇ, ਬਾਹਰੋਂ ਇਹ ਚੀਜ਼ ਆਪਾਂ ਨੂੰ ਨਹੀਂ ਮਿਲਦੀ ਇੰਨੀ ਕੁਆਲਿਟੀ ਦੀ ਜੀ, ਤਾਂ ਕਰਕੇ ਆਪਾਂ ਗੇਅਰਾਂ ਉੱਤੇ ਠੋਕ ਕੇ 2 ਸਾਲ ਦੀ ਵਾਰੰਟੀ ਦਿੰਦੇ ਹਾਂ ਵੀ ਇਹਨੂੰ ਕੁਛ ਹੋਣਾ ਹੀ ਨਹੀਂ, ਬਿਲਕੁਲ ਤੁਹਾਡੇ ਆਪਦੇ ਜੀ, ਕਿਉਂ ਰੱਬ ਨਾ ਕਰੇ ਕੋਈ ਫਰਕ ਅੰਤਰ ਆਉਂਦਾ ਵੀ ਆ, ਤਾਂ ਤੁਹਾਡੇ ਕੋਲ ਸਾਰਾ ਕੁਛ ਹੈਗਾ, ਸਾਰਾ ਕੁਛ ਹੈਗਾ ਜੀ, ਥਾਂ ਥਾਂ ਤੁਹਾਡੀਆਂ ਬ੍ਰਾਂਚਾਂ ਨੇ, ਟੋਲ ਫਰੀ ਨੰਬਰ ਆ ਬਕਾਇਦਾ, ਬਿਲਕੁਲ, ਤੇ ਇੱਕ ਨਾ ਅਕਸਰ ਹੁੰਦਾ ਵੀ ਸੁਪਰ ਸੀਡਰ ਦੀ ਬੀਜੀ ਕਣਕ, ਹਾਂਜੀ, ਮਤਲਬ ਹਰੀ ਘੱਟ ਹੁੰਦੀ ਘੱਟ ਹੁੰਦੀ ਹੈ, ਤੇ ਦੱਸਿਆ ਜਾਂਦਾ ਵੀ ਪਿਛਲੀ ਵਾਰ ਵੀ ਤੁਸੀਂ ਦੱਸਿਆ ਸੀਗਾ ਬੀ ਦੇ ਨਾਲ ਖਾਦ ਉਵੇਂ ਪੈ ਜਾਂਦੀ ਆ, ਹਾਂਜੀ, ਉਹੀ ਕਾਰਨ ਦੁਬਾਰਾ ਐਕਸਪਲੇਨ ਕਰ ਦਿਓ, ਜਿਹੜੀ ਉਹ ਕਮਾਲ ਹੈਗਾ ਟਾਈਮ ਦਾ, ਜਿਹੜੀ ਅਸੀਂ ਟਾਈਮ ਮਤਲਬ ਅਲੱਗ ਤੋਂ ਸਿਰਫ ਪਿਛਲੇ ਸਾਲ ਅਸੀਂ ਡਿਜ਼ਾਈਨ ਕਰੀ ਸੀ ਇਹ, ਪਿਛਲੇ ਸਾਲ ਅਸੀਂ ਸਾਰੇ ਸੁਪਰ ਸੀਡਰ ਆ ਟਾਈਮ ਨਾਲ ਦਿੱਤੇ ਆ ਜੀ, ਇਹਦੇ ਉੱਪਰ ਦੇਖੋ 2 ਸੁਰਾਖ ਨੇ, ਜਿੱਥੋਂ ਦੀ ਖਾਦ ਤੇ ਬੀਜ ਜਾਂਦਾ ਜੀ, ਇਹਦੇ ਥੱਲੇ ਵੀ 2 ਸੁਰਾਖ ਨੇ ਦੇਖੋ ਜੀ, ਖਾਦ ਤੇ ਬੀਜ, ਇੱਕ ਉੱਪਰ ਆ ਇੱਕ ਥੱਲੇ ਆ, ਇਹਦੇ ਨਾਲ ਕੀ ਹੁੰਦਾ ਖਾਦ ਤੇ ਬੀਜ ਆ ਜਿਹੜਾ ਉਹ ਅਲੱਗ ਅਲੱਗ ਗਿਰਦਾ, ਖਾਦ ਅਲੱਗ ਗਿਰਦੀ ਹੈ, ਬੀਜ ਅਲੱਗ ਗਿਰਦਾ, ਇਕੱਠੇ ਹੋ ਕੇ ਨਹੀਂ ਆਉਂਦੇ, ਪਹਿਲਾਂ ਇਕੱਠੇ ਹੋਣ ਕੀ ਹੈ ਉੱਪਰੋਂ ਅਲੱਗ ਅਲੱਗ ਆਉਂਦੇ ਸੀ, ਵਿੱਚ ਜਾ ਇਕੱਠੇ ਹੋ ਜਾਂਦੇ ਸੀ, ਉਹ ਜਿਹੜਾ ਪਾਊਡਰ ਹੁੰਦਾ ਰੇਹ ਦਾ ਆਪਣਾ ਦਾ ਖਾਦ ਦਾ ਜੀ, ਉਹ ਦਾਣੇ ਦੇ ਉੱਪਰ ਕੋਟਿੰਗ ਕਰ ਦਿੰਦਾ ਸੀ, ਜਿੰਨੇ ਦਾਣੇ ਉੱਤੇ ਕੋਟਿੰਗ ਹੋ ਗਈ DAP ਦੀ, ਉਹ ਦਾਣੇ ਨਹੀਂ ਉੱਗਦੇ, ਗਰਮੈਸ਼ ਹੋ ਜਾਂਦੀ, ਗਰਮੈਸ਼ ਹੋ ਜਾਂਦੀ ਆ, ਉਹਨੂੰ ਗਾਲ ਦਿੰਦੇ ਆ, ਯੂਨੀਵਰਸਿਟੀ ਦੀਆਂ ਹਦਾਇਤਾਂ ਵੀ ਆਈਆਂ, ਯੂਨੀਵਰਸਿਟੀ ਦੀਆਂ ਹਦਾਇਤਾਂ ਹਜੇ ਤੱਕ ਇੱਦਾਂ ਦਾ ਕੁਛ ਨਹੀਂ ਆਇਆ ਹੈਗਾ, ਪਰ ਜੋ ਮੇਰੇ ਐਕਸਪੈਰੀਮੈਂਟ ਕੀਤੇ ਹੋਏ ਨੇ, ਮੈਂ ਘਰ ਆਪਦਾ ਕਰਦਾ ਰਹਿੰਦਾ, ਮੇਰੇ ਐਕਸਪੈਰੀਮੈਂਟ ਦੇ ਹਿਸਾਬ ਨਾਲ ਇਹ ਚੀਜ਼ ਬਹੁਤ ਸਹੀ ਹੈ, ਪਿਛਲੇ ਸਾਲ ਉਦੋਂ ਪਿਛਲੇ ਸਾਲ ਵੀ ਮੈਂ ਅਲੱਗ ਅਲੱਗ ਕਰਕੇ ਮਤਲਬ ਬੀਜ ਕੇ ਦੇਖੀ, ਇੱਕ ਇਕੱਠਾ ਬੀਜ ਪਾਇਆ, ਫਿਰ ਅਲੱਗ ਅਲੱਗ ਪਾ ਕੇ ਦੇਖਿਆ, ਮਤਲਬ ਉਹਦੀ ਜਰਮੀਨੇਸ਼ਨ ਦੇ ਵਿੱਚ ਬਹੁਤ ਫਰਕ ਸੀ, ਪਿਛਲੇ ਸਾਲ ਮੇਰੀ ਕਣਕ ਦਾ ਝਾੜ ਹੋਰ ਸਾਰੇ ਸਾਲਾਂ ਨਾਲੋਂ ਵੱਧ ਰਿਹਾ, ਅਕਸਰ ਕਹਿੰਦੇ ਵੀ ਜਿਹੜੇ ਬੀਜ ਫੁੱਟਣ ਤੋਂ ਬਾਅਦ ਤੁਰੰਤ ਹੀ ਖਾਦ ਦੀ ਲੋੜ ਹੁੰਦੀ ਹੈ, ਅਸਲ 'ਚ ਉਹਨੂੰ ਨਾਲ ਹੀ ਲੋੜ ਨਹੀਂ ਹੁੰਦੀ, ਨਹੀਂ ਹੁੰਦੀ, ਦੇਖੋ ਬੀਜ ਨੂੰ ਉੱਗਣ ਵਾਸਤੇ ਖਾਦ ਦੀ ਕੋਈ ਲੋੜ ਨਹੀਂ ਹੁੰਦੀ, ਉਹ ਧਰਤੀ ਹੀ ਕਰਦੀ ਹੈ, ਧਰਤੀ ਦੇਖੋ, ਧਰਤੀ ਦੇ ਵਿੱਚ ਜਾਂਦਾ ਬੀਜ, ਸੂਰਜ ਦੀਆਂ ਕਿਰਨਾਂ ਮਿਲਦੀਆਂ ਨੇ ਤੇ ਧਰਤੀ ਦੀ ਗਰਮੈਸ਼ ਮਿਲਦੀ ਆ, ਥੋੜੀ ਨਮੀ ਹੁੰਦੀ ਹੈ ਧਰਤੀ 'ਚ, ਉਹ ਆਪਦੇ ਆਪ ਉੱਗਦਾ, ਜਦੋਂ ਉੱਗਣ ਤੋਂ ਬਾਅਦ ਬੀਜ ਨੂੰ ਖਾਦ ਦੀ ਲੋੜ ਕਦੋਂ ਪੈਂਦੀ ਹੈ, ਜਦੋਂ ਉਹਦੀਆਂ ਜੜ੍ਹਾਂ ਬਣਦੀਆਂ ਨੇ, ਹਾਂ ਬਿਲਕੁਲ, ਜਦੋਂ ਜੜ੍ਹਾਂ ਹੀ ਹੈ ਨਹੀਂ, ਖਾਦ ਕੀ ਕਰਨੀ ਉਹਨੇ, ਹਾਂ ਜੀ, ਇਹ ਮਤਲਬ ਰੀਜਨ ਆ ਸੀ ਮੇਰੇ ਜਿਹੜੇ ਐਕਸਪੈਰੀਮੈਂਟ, ਮਤਲਬ ਟੈਕਨੀਕਲੀ ਤੌਰ ਤੇ ਸਾਊਂਡ ਹੋ ਗਈ, ਸਾਊਂਡ ਹੋ ਗਈ, ਮਤਲਬ ਜੋ ਮੈਂ ਮਤਲਬ ਐਕਸਪੈਰੀਮੈਂਟ ਕੀਤਾ, ਬਿਲਕੁਲ, ਇੱਕ ਰੰਗ ਦੀ ਗੱਲ ਕਰੀਏ, ਹਾਂ, ਪੇਂਟ ਪੱਠੀ ਵਾਲਾ ਰੰਗ ਕਹਿੰਦੇ ਤੁਸੀਂ ਸ਼ਾਇਦ ਟੈਕਨੀਕਲੀ ਲੈਂਗੁਏਜ 'ਚ, ਹਾਂ, ਇਹਨੂੰ ਪਾਊਡਰ ਕੋਟਿੰਗ ਕਹਿੰਦੇ, ਪਾਊਡਰ ਕੋਟਿੰਗ ਕਹਿੰਦੇ ਨੇ, ਰੰਗ ਦੀ ਤਾਂ ਤੁਹਾਨੂੰ ਲੱਗ ਗਈ, ਮਤਲਬ ਆਪਣਾ ਪ੍ਰੋਡਕਟ ਕਿਤੋਂ ਵੀ ਤੁਸੀਂ 1 ਕਿਲੋਮੀਟਰ ਤੋਂ ਦੇਖ ਲਓ, ਉੱਥੇ ਹੀ ਪਤਾ ਲੱਗ ਜੂ ਵੀ ਐਗਰੀਜ਼ੋਨ ਦਾ ਪ੍ਰੋਡਕਟ ਆ ਰਿਹਾ, ਇਹ ਰੰਗ ਫਿਲਹਾਲ ਇਹੀ ਆ ਰਿਹਾ ਆਪਣਾ, ਇਹੀ ਰੰਗ ਆਪਣਾ, ਇਹੀ ਸਟੈਂਡਰਡ ਆ, ਕਿਤੋਂ ਵੀ ਅੱਜ ਦੀ ਡੇਟ ਦੇ ਵਿੱਚ ਤੁਸੀਂ ਇਹ ਰੰਗ ਦੇਖ ਕੇ ਤੁਸੀਂ ਸਿੱਧਾ ਸਿੱਧਾ ਕਹੋਗੇ ਵੀ ਐਗਰੀਜ਼ੋਨ, ਉਹੀ ਨਿਕਲੂਗਾ, ਬਿਲਕੁਲ, ਬ੍ਰਾਂਡ ਬ੍ਰਾਂਡ,
ਬਿਲਕੁਲ, ਇਹ ਆਪਾਂ ਨੂੰ ਹੋ ਗਏ 3 ਸਾਲ ਇਸ ਲਾਈਨ ਦੇ ਵਿੱਚ, ਇਸ ਲਾਈਨ ਦੇ ਵਿੱਚ, ਤੇ ਅਦਰਵਾਈਜ਼ ਆਪਾਂ 95 ਤੋਂ ਆਪਣਾ ਜੀਐਸਏ ਇੰਡਸਟਰੀ ਹੈ ਜਿਹੜੀ 95 ਤੋਂ ਕੰਮ ਕਰ ਰਹੀ ਹੈ, ਆਟੋ ਵਗੈਰਾ ਦਾ ਪਿਸਟਨ ਬਣਾਉਂਦੇ, ਰਿੰਗ ਬਣਾ ਰਹੇ ਹਾਂ ਅਸੀਂ ਜੀ, ਤੇ ਪਿੰਨਾਂ ਬਣਾ ਰਹੇ ਹਾਂ, ਮਤਲਬ ਉਹੀ ਜਿਹੜੀ ਆਟੋਮੋਬਾਈਲ ਦੇ ਵਿੱਚ ਆਪਾਂ ਨੂੰ ਸਟੈਂਡਰਡ ਚਾਹੀਦਾ ਹੁੰਦਾ, ਕੁਆਲਿਟੀ ਚਾਹੀਦੀ ਆ, ਉਹੀ ਚੀਜ਼ ਨੂੰ ਧਿਆਨ ਦੇ ਵਿੱਚ ਰੱਖ ਕੇ ਅਸੀਂ ਇਹਨੂੰ ਡਿਜ਼ਾਇਨ ਕਰਦੇ ਹਾਂ, ਇਹਦੀ ਕੁਆਲਿਟੀ ਦੇ ਉੱਤੇ ਖਾਸ, ਤਾਂ ਹੀ ਅਸੀਂ ਇੰਨਾ ਫੋਕਸ ਕਰਦੇ ਹਾਂ। ਅਤੇ ਇੱਕ ਜਿਹੜੇ ਹੱਪ ਐਪ ਹੁੰਦੇ ਆ, ਹਾਂਜੀ, ਇਹ ਵੀ ਮੜਕ ਜੇ ਜਾਂਦੇ ਆ ਕਈਆਂ ਦੇ, ਇਹਦੇ ਵਿੱਚ ਤਾਰ ਪਈ ਹੋਈ ਹੈ ਜੀ, ਹਾਂ ਇਕੱਠੇ ਹੋਏ ਨਾ, ਹਾਂ ਬਿਲਕੁਲ ਤਾਰ ਨਜ਼ਰ ਆ ਰਹੀ ਹੈ ਬਰੀਕ ਬਰੀਕ, ਇਹਦੇ ਵਿੱਚ ਤਾਰ ਪਈ ਹੋਈ ਆ, ਤੇ ਇਹ ਅੱਗੇ ਟਾਈਨਾ, ਇਹ ਰਕਾਵਟਰੀ ਬਣਦਾ ਦਾਣੇ 'ਚ, ਕੁਛ ਨਹੀਂ ਜੀ, ਇਹਦੇ ਵਿੱਚ ਮਤਲਬ ਅੰਦਰ ਨਹੀਂ ਹੈਗੀ, ਮਟੀਰੀਅਲ ਦੇ ਅੰਦਰ ਹੀ ਵਿੱਚ ਆ ਇਹ ਮੈਲਟ ਹੋਈ ਵੀ, ਤੇ ਉਦੋਂ ਬਾਅਦ ਇਹਦੀਆਂ ਡਿਸਕਾਂ ਐਸ ਐਸ ਡੀ ਡਿਸਕ ਤਵੇ ਲੱਗੇ ਹੋਏ ਨੇ ਜੀ, ਤੇ ਉਦੋਂ ਬਾਅਦ ਆਹ ਦਾਬ ਦੇਣ ਵਾਸਤੇ ਬੀਜ ਨੂੰ ਢੱਕਣ ਵਾਸਤੇ ਇਹ ਰੂਲਾ ਲੱਗਿਆ, ਰੂਲੇ ਨੂੰ ਆਪਾਂ ਨੇ ਸਪਰਿੰਗ ਲਾ ਤਾ, ਸਪਰਿੰਗ ਦੀਆਂ ਵੀ ਪਿੰਨਾਂ ਨੇ, ਘੱਟ ਵੱਧ ਜਿੰਨਾ ਮਰਜ਼ੀ ਤੁਸੀਂ ਦਾਬ ਘੱਟ ਵੱਧ ਦੇਣੀ ਆ, ਘੱਟ ਵੱਧ ਕਰ ਲਓ, ਉਰੋਂ ਘੱਟ ਵੱਧ ਜਿੰਨਾ ਮਤਲਬ ਜਿਹੜੀ ਸਾਰੀ ਆਪਸ਼ਨ ਹੈਗੀਆਂ ਨੇ ਜੀ। ਇਹ ਸੁਪਰ ਸੀਡਰ ਨੂੰ ਆਪਾਂ ਨੇ ਹਰੇਕ ਤਰ੍ਹਾਂ ਦੀ ਮਿੱਟੀ, ਚਾਹੇ ਰੇਤਲੀ ਮਿੱਟੀ ਆ, ਹਾਰਡ ਮਿੱਟੀ ਆ, ਹਰੇਕ ਜਗ੍ਹਾ ਸਾਰੇ ਰਾਜਾਂ ਦੇ ਵਿੱਚ, ਜਿਵੇਂ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਬਿਹਾਰ, MP, ਸਾਰੇ ਸਟੇਟ ਦੇ ਵਿੱਚ ਇਹੀ ਸੁਪਰ ਸੀਡਰ ਚੱਲੂਗਾ, ਇੱਕ ਜਿਹੜਾ ਡਿਜ਼ਾਇਨ ਕਰਤਾ ਆਪਾਂ ਨੇ, ਸਾਰਿਆਂ ਨੂੰ ਦੇਖ ਕੇ ਧਿਆਨ ਦੇ ਵਿੱਚ ਇਹੀ ਸੁਪਰ ਸੀਡਰ ਡਿਜ਼ਾਇਨ ਕੀਤਾ। ਆਮ ਤੌਰ 'ਤੇ ਨਾ ਵਿੱਚ ਚੱਲੇ ਵੀ ਰੂਟਾ ਬੀਟਰ ਦਾ ਸੀਗਾ ਹੀ, ਉਹ ਤਾਂ ਡੱਬਾ ਕੱਸ ਕੇ ਹੀ, ਸੁਪਰ ਸੀਡਰ ਦਾ ਕਨਸੈਪਟ ਵੀ ਚੱਲਿਆ ਸੀ ਨਾ, ਉਹ ਤਾਂ ਡੱਬਾ ਲਾਓ ਆਹ, ਮਤਲਬ ਟੈਕਨੀਕਲੀ ਨਹੀਂ ਸੀ ਇੰਨਾ, ਨਹੀਂ ਉਹ ਉਹਨਾਂ ਮਤਲਬ ਕੀ ਹੈ, ਇਹਦੇ ਵਿੱਚ ਦੇਖੋ ਇੱਕ ਅੱਗੇ ਰੂਲਾ ਲੱਗਿਆ, ਆਹ ਰੂਲਾ ਤਾਂ ਲੱਗਿਆ, ਇੱਕ ਅੱਗੇ ਰੂਲਾ ਲੱਗਿਆ, ਉਹ ਰੂਲੇ ਦਾ ਕੰਮ ਕੀ ਆ, ਪਹਿਲਾਂ ਇਹਨੇ ਬਹਾਈ ਕਰਤੀ ਸੁਪਰ ਸੀਡਰ ਨੇ, ਵਾਹੁਣ ਦੇ ਨਾਲ ਕੀ ਹੈ ਮਿੱਟੀ ਪੋਲੀ ਹੋ ਗਈ, ਉਹ ਦੂਏ ਰੂਲੇ ਨੇ ਕੀ ਕਰਤਾ, ਉਹਨੂੰ ਬੈੱਡ ਬਣਾਤਾ, ਤਿਆਰ ਕਰਤਾ, ਉਦੋਂ ਬਾਅਦ ਟਾਈਨਾਂ ਨੇ ਬੀਜਤਾ, ਉਦੋਂ ਬਾਅਦ ਫੇਰ ਇਹਨੇ ਢੱਕਤੀ। ਇੱਕ ਹੋਰ ਵੀ ਦੱਸਦੇ ਵੀ ਜੀ, ਇਹਦੇ ਨਾਲ ਬੀਜੀ ਝਾੜ ਵੱਧਦਾ, ਕਿਉਂਕਿ ਗੇੜੇ ਵੱਧ ਹੁੰਦੇ, ਬੀਜੀ ਵੱਧ ਜਾਂਦੀ ਆ ਕਣਕ, ਹਾਂ ਵੱਧ ਬੀਜੀ, ਮਤਲਬ ਖਾਲੀ ਥਾਂ ਘੱਟ ਰਹਿੰਦਾ ਵਾ, ਇਹਦੇ ਨਾਲ ਵੱਧ ਬੀਜੀ ਜਾਂਦੀ ਆ, ਖੁੰਜੇ ਖੁੰਜੇ ਤੱਕ ਵੀ ਹਰ ਚੀਜ਼ ਨੂੰ ਕਵਰ ਕਰਦਾ, ਜਿਹਦੇ ਕਰਕੇ ਝਾੜ ਵੀ ਵੱਧ, ਇਹ ਆਮ ਤੌਰ 'ਤੇ ਸਮਝ ਆਉਂਦਾ, ਹਾਂ ਇਹ ਹੈਗੀ ਆ ਜੀ, ਹੈ ਨਾ ਵੀ ਸਿਆੜ ਵੱਧ ਬੀਜੇ ਜਾਂਦੇ ਆ। ਇਹਦੇ ਵਿੱਚ ਜੇ ਤੁਹਾਨੂੰ ਮੈਂ ਗੱਲ ਕਰਾਂ, ਆਪਾਂ ਬਲੇਡਾਂ ਦੀ ਗੱਲ ਕਰਦੇ ਹਾਂ ਫਰੰਟ ਸਾਈਡ 'ਤੇ ਜੀ, ਜੇ ਬਲੇਡ ਦੀ ਗੱਲ ਕਰਾਂ, ਸਪੈਸ਼ਲ ਡਿਜ਼ਾਇਨ ਦੇ ਬਲੇਡ ਲਾਏ ਹੋਏ ਨੇ, ਇਹਦੇ ਬਲੇਡਾਂ ਤੁਸੀਂ ਦੇਖੋ ਡਿਜ਼ਾਇਨ ਇਸ ਹਿਸਾਬ ਨਾਲ ਕੀਤਾ ਹੋਇਆ ਵੀ ਲੋ ਟਰੈਕਟਰ 'ਤੇ ਘੱਟ ਆਵੇ ਅਤੇ ਡੂੰਘਾਈ ਜ਼ਿਆਦਾ ਲਵੇ, ਅਤੇ ਜਿਹੜੀ ਪਰਾਲੀ ਯਾਰ ਮਿੱਟੀ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਵੇ, ਅਤੇ ਉਦੋਂ ਬਾਅਦ ਮੇਨ ਗੇਅਰ ਜਿਹਦੀ ਤੁਸੀਂ ਗੱਲ ਕਰਦੇ ਟੈਸਟਿੰਗ ਦੀ ਜੀ, 13-23 ਦਾ ਹੈਵੀ ਡਿਊਟੀ ਗੇਅਰ ਲੱਗਿਆ ਸਾਈਡ 'ਤੇ ਵੀ, 21-27 ਮਤਲਬ ਹੈਵੀ ਡਿਊਟੀ ਲਾਇਆ ਵਾ, ਨੋਰਮਲ ਲਾਈਟ ਵੀ ਚੱਲਦੇ ਨੇ ਸੁਪਰ ਸੀਡਰ, ਪਰ ਆਪਾਂ ਹੈਵੀ ਲਾਇਆ ਪੂਰਾ, ਕਿਹਾ ਲੋਡ ਬਹੁਤ ਆ। ਕਿੰਨੇ HP ਵਾਲਾ ਬੈਸਟ? ਇਹ 8 ਫੁੱਟ ਦੇ ਨੂੰ ਤੁਸੀਂ 60 HP 'ਤੇ ਆਰਾਮ ਨਾਲ ਚਲਾ ਸਕਦੇ ਹੋ, ਕਿਉਂ ਵੇਟ ਹੁੰਦਾ, ਅਤੇ ਊਂ ਉਹਦਾ ਲੋਡ ਕੋਈ ਨਹੀਂ ਹੈਗਾ, ਜੇ ਆਪਾਂ ਗੱਲ ਕਰੀਏ ਕਿ ਗੇਅਰਾਂ ਦੀ ਮੈਚਿੰਗ ਇੰਨੀ ਪ੍ਰੋਪਰ ਹੋਈ ਵੀ ਆ, ਟਰੈਕਟਰ ਦਾ ਜਿਹੜਾ ਅਲੱਗ ਤੋਂ ਜ਼ੋਰ ਲੱਗਣਾ ਉਹ ਨਹੀਂ ਲੱਗਦਾ, ਕਿਉਂ ਗੇਅਰ ਪ੍ਰੋਪਰ ਮੈਚ ਹੋ ਕੇ ਚੱਲਦੇ ਜੀ, ਬਿਲਕੁਲ 60 HP ਮਤਲਬ ਆਰਾਮ ਨਾਲ ਚਲਾਈ ਜਾਂਦਾ ਇਹਨੂੰ, ਬਿਲਕੁਲ ਹੁਣ ਨੋਰਮਲੀ ਆ ਲੋਕਾਂ ਕੋਲ, ਹਾਂਜੀ ਇੰਨਾ ਕੁ ਟਰੈਕਟਰ ਨੋਰਮਲ ਹੈਗੇ ਆ ਜੀ। ਅਤੇ ਇਹਦੀ ਗੱਲ ਕਰੀਏ ਵਿੱਚੋਂ, ਇਹ ਟੈਂਕ ਆ ਗਿਆ ਇਹਦੇ ਵਿੱਚ, ਸਭ ਤੋਂ ਮੇਨ ਚੀਜ਼ ਆ ਦੇਖੋ, ਉੱਧਰ ਤਾਂ ਜਿਹੜੇ ਗੇਅਰ ਹੈਗੇ ਇੱਕ ਆਪਾਂ ਗੇਅਰ ਆਹ ਲਾਇਆ, ਅੱਛਾ ਇੱਧਰਲੇ ਪਾਸੇ, ਹਾਂ ਇਹ ਬ੍ਰੀਤ ਆ ਜੀ ਇੱਧਰ, ਇਹ ਦੇਖੋ ਇਹ ਸਪੈਸ਼ਲ ਗੇਅਰ ਆ ਜੀ, ਅੱਛਾ ਇਹਦੀ ਖਾਸੀਅਤ ਕੀ ਆ? ਇਹਦੇ ਵਿੱਚ ਦੇਖੋ ਆਹ ਨੇ ਸਪੈਰਲ ਗੇਅਰ ਨੇ, ਇਹਦੇ ਵਿੱਚ 2 ਸਪੈਰਲ ਗੇਅਰ ਪਏ ਹੋਏ ਨੇ, ਅੱਛਾ ਇਹਦੇ ਵਿੱਚ ਵੀ 2 ਨੇ, 2 ਇੱਧਰ ਨੇ, ਅੱਛਾ ਜਿਹੜੇ ਰੂਲੇ ਨੂੰ ਚਲਾਉਂਦੇ ਨੇ ਮਗਲੇ ਨੂੰ RPM ਘੱਟ ਕਰਕੇ, ਇਹ ਦੇਖੋ ਇਹ ਸਪੈਰਲ ਗੇਅਰ ਹੋਣ ਕਰਕੇ ਇਹਦੀ ਕਸਾਈ ਨਹੀਂ ਹੋਣੀ, ਤੇ ਟਰੈਕਟਰ ਤੇ ਲੋਡ ਨਹੀਂ ਆਉਣਾ, ਤੇ ਇਹਦੇ ਕੋਈ ਝੰਜੜ ਨਹੀਂ ਹੈਗਾ। ਪਹਿਲਾਂ ਚਾਈਨਾ ਚੱਲਦੀਆਂ ਸੀ ਜਾਂ ਉੱਧਰ ਸਾਈਡ ਤੇ ਗੇਅਰ ਲਾਉਂਦੇ ਸੀ, ਮਤਲਬ ਹੁਣ ਇਹ ਸਪੈਸ਼ਲ ਗੇਅਰ ਲਾਤਾ ਆਪਣੇ, ਬੈਬਲ ਗੇਅਰ ਇੱਧਰ ਲਾ ਕੇ ਤੇ ਇਹ ਗੇਅਰ ਲਾਇਆ। ਇੱਕ ਬੀਜ ਸੈਟਿੰਗ ਵਾਸਤੇ ਜੀ, ਇਹ ਐਡਜਸਟਮੈਂਟ ਹੁੰਦੀ ਹੈ, ਇਹਦੇ ਉੱਤੇ ਆਪਾਂ ਆਹ ਚਾੜ ਦਿੱਤਾ ਹੋਇਆ ਵੀ ਦਾਣੇ ਦਾਣੇ ਦਾ ਵੀ ਹਿਸਾਬ ਹਿਸਾਬ ਰੱਖਿਆ ਹੋਇਆ, ਦੇਖੋ ਤੁਸੀਂ ਸਾਰੀ ਕਿੰਨੇ ਕਿਲੋ ਤੇ ਕਿੰਨੇ ਨੰਬਰ ਤੇ ਕਿੰਨਾ ਕਿਲੋ ਪਾਉਂਦਾ ਸਾਰਾ ਦੇਖੋ, ਕੱਲੇ ਕੱਲੇ ਦਾ ਚਾੜ ਦਿੱਤਾ ਹੋਇਆ, ਆਹ ਐਕਸਟਰਾ ਪੋਰ ਦਿੱਤਾ ਹੋਇਆ,
ਜੀ ਜੇ ਆਪਣੇ ਵੱਟ ਦੇ ਕੋਲੇ ਬੀਜਣਾ ਜੀ ਐਕਸਟਰਾ ਪਹਿਲਾ ਗੇੜਾ ਲਾਉਣੇ ਜਦੋਂ ਵੱਟ ਦੇ ਕੋਲੇ ਕੋਈ ਜਗ੍ਹਾ ਨਾ ਰਹੇ ਐਕਸਟਰਾ ਪੋਰ ਦਿੱਤਾ ਹੋਇਆ ਤੇ ਸਭ ਤੋਂ ਵੱਡੀ ਚੀਜ਼ ਕੀ ਆ ਵੀ ਜੇ ਇਹਨੂੰ ਤੁਸੀਂ ਸੁਪਰ ਸੀਡਰ ਚਲਾ ਕੇ ਉਦੋਂ ਬਾਅਦ ਰੋਟਾਵੇਟਰ ਵੀ ਵਰਤਣਾ ਸਿਰਫ 4 ਵੋਲਟ ਆ ਇਧਰੋਂ ਅੱਛਾ 4 ਇਧਰੋਂ 4 ਉਧਰੋਂ ਤੇ ਰੋਟਾਵੇਟਰ ਹਾਂ ਇੱਥੇ ਸਟੈਂਡ ਲੱਗ ਜਾਂਦੇ ਦੇ ਜੀ ਨਾਲ ਹੀ ਹੁੰਦਾ ਕਿੱਟ ਦੇ ਵਿੱਚ ਹੀ ਆ ਤੇ ਆਰਾਮ ਨਾਲ ਇਹ ਰੋਟਾਵੇਟਰ ਬਣ ਜਾਂਦਾ ਜਿੱਦਾਂ ਮਰਜ਼ੀ ਸਾਰਾ ਸਾਲ ਇਹਨੂੰ ਰੋਟਾਵੇਟਰ ਵਾਂਗੂ ਵਰਤੇ ਨਾਲ ਇਹਦੇ ਕੀ ਆਉਂਦਾ ਵਾ ਆਮ ਤੌਰ ਨਾਲ ਇਹਦੇ ਕਿਸਾਨਾਂ ਨੂੰ ਕਿੱਟ ਹੁੰਦੀ ਆ ਜੀ ਟੂਲ ਕਿੱਟ ਹੁੰਦੀ ਆ ਉਹਦੇ ਵਿੱਚ ਗ੍ਰੀਸ ਗਨ ਵਗੈਰਾ ਚਾਬੀਆਂ ਪਾਉਂਦੇ ਹੁੰਦੇ ਆ ਤੇ ਨਾਲ ਇਹਦਾ ਸਟੈਂਡ ਆਉਂਦਾ ਗੇੜਾ ਨੂੰ ਖੜਾ ਕਰਨ ਵਾਸਤੇ ਤੇ ਸਰਵਿਸ ਬੁੱਕ ਵਗੈਰਾ ਹੁੰਦੀ ਆ ਸਾਰਾ ਕੁਛ ਤੇ ਇੱਕ ਮੈਂ ਦਰਸ਼ਕਾਂ ਨੂੰ ਦੱਸਦੇ ਹਾਂ ਵੀ ਤਕਰੀਬਨ ਪਿਛਲੇ ਸਮਿਆਂ ਦੇ ਨਾਲੋਂ ਸਬਸਿਡੀ ਬਹੁਤ ਵਧੀਆ ਵਧੀਆ ਜੀ ਤਕਰੀਬਨ 80% ਤੱਕ ਵੀ ਹੈਗੇ ਆ ਕੱਲਿਆਂ ਨੂੰ ਵੀ ਤੇ ਗਰੁੱਪ ਦੇ ਵਿੱਚ ਵੀ ਉਹ ਵੀ ਆਪਾਂ ਬਾਈ ਗਰੁੱਪ ਲਈ ਦੂਸਰੇ ਤੋਂ ਗੱਲਬਾਤ ਕਰਾਂਗੇ ਇਹਦੇ ਵਿੱਚ ਮੈਂ ਤੁਹਾਨੂੰ ਦਿਖਾਉਣਾ ਆਹ ਸਾਈਡ ਤੇ ਗੇਅਰ ਆ ਜਿਹੜਾ ਜੀ ਗੇਅਰ ਦੀ ਮਤਲਬ ਕੁਆਲਿਟੀ ਦੇਖੋ ਤੁਸੀਂ ਕਿੰਨਾ ਸਾਫ ਗੇਅਰ ਅਸੀਂ ਵੀਰੇ ਬਣਦੇ ਦੇਖਿਆ ਹਾਂ ਤੁਸੀਂ ਉੱਥੇ ਬਣਦੇ ਵੀ ਦੇਖੇ ਫੈਕਟਰੀ ਦੇ ਵਿੱਚ ਇਹ ਸਾਈਡ ਤੇ ਗੇਅਰ ਜਿਹੜਾ ਮੈਂ ਤੁਹਾਨੂੰ ਹੁਣੇ ਦਿਖਾਇਆ ਸੀ ਜੀ ਤੇ ਐਡਜਸਟਰ ਆ ਇਹਦੀ ਐਡਜਸਟਰ ਦੀ ਦੇਖੋ ਐਕੂਰੇਸੀ ਕਿੰਨੀ ਆ ਚੂੜੀ ਜਿੱਥੋਂ ਨੇ ਘੁੰਮਣਾ ਬਿਲਕੁਲ ਇਹ ਸੀਐਨਸੀ ਮਸ਼ੀਨਾਂ ਤੇ ਇਹ ਇਹਦੀ ਕਾਸਟਿੰਗ ਆ ਗਈ ਇਹ ਆਪਣੀ ਟਾਈਨ ਆ ਗਈ ਬਹੁਤ ਸਾਰੀਆਂ ਮਸ਼ੀਨਾਂ ਐਸੀਆਂ ਜੋ ਮੇਰੇ ਖਿਆਲ ਚ ਐਕਸਰੇ ਵਾਲੀ ਵੀ ਉਹ ਪੰਜਾਬ ਚ ਹੈ ਨਹੀਂ ਕਿਤੇ ਉਹ ਕਿਤੇ ਨਹੀਂ ਹੈਗੀ ਸਰ ਐਕਸਰੇ ਮਤਲਬ ਤੁਹਾਡੇ ਕੋਲ ਪੰਜ ਨੇ ਆਪਣੇ ਕੋਲੇ ਆਪਾਂ ਕੱਲਾ ਉਹ ਚ ਵੀ ਐ ਨਹੀਂ ਹੈਗਾ ਵੀ ਅਸੀਂ ਰੈਂਡਮਲੀ ਕੋਈ ਵੀ 100 ਬਾਅਦ ਇੱਕ ਚੈੱਕ ਕਰ ਲਿਆ ਕੱਲਾ ਕੱਲਾ 20 ਚੈੱਕ ਕਰਦੇ ਆ ਆ ਮੈਨ ਪਾਵਰ ਵੀ ਹੈਗੀ ਆ ਟੈਕਨੀਕ ਵੀ ਤੁਹਾਡੇ ਕੋਲ ਹੈਗੀ ਆ ਤਜਰਬਾ ਵੀ ਖੈਰ ਹੋ ਗਿਆ ਅਸੀਂ ਕੁਆਲਿਟੀ ਦੇ ਉੱਤੇ ਕੰਮ ਕਰਦੇ ਆ ਨਾ ਕਿ ਵੀ ਲੋਹਾ ਇਕੱਠਾ ਕੀਤਾ ਇਧਰੋਂ ਕਰ ਲਿਆ ਉਧਰੋਂ ਕਰ ਲਿਆ ਦੇ ਦਿਓ ਜੀ ਵੇਚ ਦਿਓ ਤਾਂ ਕਰਕੇ ਐਗਰੀ ਜ਼ੋਨ ਦਾ ਨਾਂ ਵਿਕਦਾ ਬਿਲਕੁਲ ਬਹੁਤ ਵੱਡਾ ਨਾਂ ਹੈ ਬਿਲਕੁਲ ਤੇ ਸੁਪਰ ਸੀਡਰ ਚਲਾ ਕੇ ਵੀ ਦੇਖਿਆ ਇਹ ਤਾਂ ਇੱਕ ਛੋਟਾ ਜਿਹਾ ਡੈਮੋ ਆ ਪਰ ਜਿਨ੍ਹਾਂ ਨੇ ਪਹਿਲਾਂ ਬੜਾ ਚਲਾਇਆ ਤੇ ਰੁਪਈਏ ਖਰਚੇ ਆ ਹਨਾ ਉਹਨਾਂ ਨੂੰ ਸਾਰੀ ਅਸਲ 'ਚ ਗੱਲ ਪਤਾ ਹੁੰਦੀ ਆ ਭਾਈ ਕਿੰਨਾ ਕੁ ਤਿਲਾਂ 'ਚ ਤੇਲ ਹੈਗਾ ਵਾ ਵੀਰੇ ਸਤਿ ਸ਼੍ਰੀ ਅਕਾਲ ਕੇਲ ਬਾਬਾ ਜੀ ਸਤਿ ਸ਼੍ਰੀ ਅਕਾਲ ਤੁਸੀਂ ਲਿਆ ਵੀਰੇ ਪਹਿਲਾਂ ਇਹ ਕਿੰਨੇ ਸਾਲ ਹੋ ਗਏ ਤੁਹਾਡੇ ਕੋਲ ਕਿਵੇਂ ਰਿਹਾ ਇਹ ਮੇਰੇ ਕੋਲ ਹੋ ਗਿਆ ਦੂਜਾ ਤੀਜਾ ਸੀਜ਼ਨ ਹੋ ਗਿਆ ਕਿਹੜਾ ਪਿੰਡ ਹੈ ਵੀਰੇ ਮੇਰਾ ਇਹੀ ਪਿੰਡ ਹੈ ਜੀ ਦੌਲਤਪੁਰ ਦੌਲਤਪੁਰ ਨਾਂ ਦੱਸ ਦਿਓ ਇੱਕ ਵਾਰੀ ਦੌਲਤਪੁਰ GSA ਇੰਡਸਟਰੀ ਐਗਰੀ ਜ਼ੋਨ ਐਗਰੀ ਨਹੀਂ ਨਹੀਂ ਤੁਹਾਡਾ ਨਾਂ ਕੀ ਹੈ ਮੇਰਾ ਬਿਕਰਮਜੀਤ ਸਿੰਘ ਬਾਈ ਬਿਕਰਮ ਆਪਣੇ ਨਾਲ ਵੀਰੇ ਫਿਰ ਕਿਵੇਂ ਰਿਹਾ ਰਿਜ਼ਲਟ ਕੁੱਲ ਮਿਲਾ ਕੇ ਸੱਚੀ ਸੱਚੀ ਜੀ ਗੱਲ ਦੱਸ ਦੇ ਬਾ ਝੂਠ ਆਪਾਂ ਪਹਿਲੇ ਨਹੀਂ ਮਾਰਦੇ ਜੀ ਹਾਂ ਮੇਰੇ ਨਾਲ ਤਾਂ ਰਿਜ਼ਲਟ ਬਹੁਤ ਵਧੀਆ ਰਿਹਾ ਜੀ ਇਹਦਾ ਐਗਰੀ ਜ਼ੋਨ ਦਾ ਹਾਂ ਮੇਰੇ ਟਰੈਕਟਰ ਇੱਕ ਤਾਂ ਡੀਜ਼ਲ ਖਪਤ ਬਹੁਤ ਘੱਟ ਗਈ ਜੀ ਇਸ ਸੁਪਰ ਸੀਡਰ ਦੇ ਨਾਲ ਇੱਕ ਜਿਹੜੀ ਮੈਂ ਬਿਜਾਈ ਕੀਤੀ ਬਿਜਾਈ ਇੱਕ ਸਾਰ ਹੋਈ ਹੈ ਕਿਤੇ ਕੋਈ ਬੀਜ ਰਿਹਾ ਨਹੀਂ ਕੋਈ ਲੈਣ ਉੱਗਣ ਤੋਂ ਨਹੀਂ ਰਹੀ ਹੈਗੀ ਜਿਹੜਾ ਬੀਜ ਪੈਂਦਾ ਸੀ ਉਹਦੇ ਨਾਲ ਜਿਹੜੀ ਖਾਦ ਪੈਂਦੀ ਹੈ ਉਹ ਖਾਦ ਜਦੋਂ ਇੱਕ ਤਾਂ ਬੀਜ ਦੇ ਨਾਲ ਲੱਗ ਜਾਂਦੀ ਹੈ ਇਹ ਬੀਜ ਪੁੰਗਰਨ ਤੋਂ ਬਾਅਦ ਲੱਗਦੀ ਹੈ ਖਾਦ ਇਸ ਵਾਰ ਇਹਦਾ ਬੈਨੀਫਿਟ ਹੋਏ ਨਹੀਂ ਤਾਂ ਆਮ ਦੋਗੀਆਂ 'ਚ ਕਹਿੰਦੇ ਉਗਦੀ ਕਰਦੀ ਵੀ ਗੱਲਾਂ ਕਹਿੰਦੇ ਰੋਟਾਵੇਟਰ ਆਵਾ ਇਹਦਾ ਬਾਰੇ ਸੁਪਰ ਸੀਡਰਾਂ ਬਾਰੇ ਇਹਦੀ ਜਿਹੜੀ ਬਿਜਾਈ ਹੈ ਜੀ ਇਹ ਪਹਿਲਾਂ ਬੀਜ ਨੂੰ ਉਗਾਉਂਦੀ ਹੈ ਬੀਜ ਜਦੋਂ ਉੱਗ ਜਾਂਦਾ ਤੇ ਖਾਦ ਉਦੋਂ ਬਾਅਦ ਇਹਨੂੰ ਲੱਗਣਾ ਸ਼ੁਰੂ ਹੁੰਦੀ ਹੈ ਜਦੋਂ ਲੋੜ ਉਦੋਂ ਲੱਗਦੀ ਹੈ ਜੰਮ ਦੇ ਜਵਾਕ ਨੂੰ ਜਿਵੇਂ ਖੁਰਾਕ ਮਿਲ ਜਾਂਦੀ ਹੈ ਜੀ ਤੇ ਉਹ ਸੀ ਤੇ ਇਹਦੇ ਨਾਲ ਮੇਰਾ ਝਾੜ ਦਾ ਬਹੁਤ ਫਰਕ ਪਿਆ ਇੱਕ ਦੱਸਦੇ ਆ ਵੀ ਜਿਵੇਂ ਜ਼ਮੀਨ ਦੇ ਵਿੱਚ ਸਿਆੜ ਭੂਰਾ ਵੱਧ ਬੀਜੇ ਜਾਂਦੇ ਇਹਦੇ ਨਾਲ ਹਾਂਜੀ ਉਹਦੇ ਕਰਕੇ ਵੀ ਝਾੜ ਵੱਧਦਾ ਵੱਧਦਾ ਜੀ ਕਿਉਂਕਿ ਉਹ ਤਕਨੀਕ ਇਹਨਾਂ ਨੇ ਉਸ ਹਿਸਾਬ ਦਾ ਬਣਾਇਆ ਕੀਤਾ ਹੈ ਨਾ ਇਹਦਾ ਮੈਂ ਕਹਿੰਦਾ ਵੀ ਆਪਣੀ ਇਹ ਜਿਹੜੀ ਲੈਨ ਹੈ ਲੈਨ ਟੂ ਲੈਨ ਚੱਲਦਾ ਕੋਈ ਜਿਵੇਂ ਕਹਿੰਦੇ ਵੀ ਜ਼ਿਆਦਾ ਕੇਰਤਾ ਜਿੰਨੀ ਤੁਸੀਂ ਡਿਮੈਂਸ਼ਨ ਫਿੱਟ ਕਰਕੇ ਇਹਦੇ ਵਿੱਚ ਇੱਕ ਵਾਰ ਟਰੈਕਟਰ ਦੀ ਸੀਟ ਤੇ ਬੈਠ ਜਾਓ ਪਿੱਛੇ ਦੇਖਣ ਦੀ ਤਾਂ ਲੋੜ ਹੀ ਨਹੀਂ ਪੈਂਦੀ ਮਤਲਬ ਵੀ ਦਾਣੇ ਦਾਣੇ ਦਾ ਹਿਸਾਬ ਰੱਖਦਾ ਦਾਣੇ ਦਾਣੇ ਦਾ ਹਿਸਾਬ ਹੈ ਜਿਵੇਂ ਕਿਸਾਨ ਨੂੰ ਹੁੰਦਾ ਵੀ ਜਿੰਨੀ ਦੇਰ ਮੇਰੀ ਫਸਲ ਨਹੀਂ ਮੰਡੀ 'ਚ ਪਹੁੰਚਦੀ ਤਾਂ
ਜਿੰਦ ਜਾਣ ਤਾਂ ਕਿਸਾਨ ਦੀ ਫਸਲ ਹੀ ਹੋ ਗਈ ਨਾ, ਫਿਰ ਦਾਣੇ ਦਾਣੇ ਦਾ ਹਿਸਾਬ ਤਾਂ ਲੈਣੇ, ਫਿਰ ਗੱਲਾਂ ਕਰਨ ਦਾ ਸਵਾਦ ਆਉਂਦਾ ਸੱਥ ਚ ਵੀ ਯਾਰ, ਉਹ ਕਮਾਲ ਕਰਦਾ ਫਿਰ, ਗੱਲਾਂ ਤਾਂ ਹੁੰਦੀਆਂ ਕਿ ਨਹੀਂ, ਗੱਲਾਂ ਹੁੰਦੀਆਂ। ਮੈਂ ਤਾਂ ਸਗੋਂ ਆਪਣੇ ਨਾਲ ਦੇ ਪਿੰਡਾਂ ਚ ਵੀ ਕਿਹਾ ਹੋਇਆ ਵੀ ਭਾਈ ਆਹ ਦੇਖੋ ਮੈਂ ਇੰਨਾ ਫਾਇਦਾ ਲੈ ਚੁੱਕਿਆ ਇਸ ਐਗਰੀ ਜ਼ੋਨ ਦਾ, ਤੁਸੀਂ ਵੀ ਲਵੋ। ਸਬਸਿਡੀ ਵਗੈਰਾ ਵੀ ਇਹਨਾਂ ਦੀ ਚੰਗੀ ਹੁਣ ਤਾਂ ਵੱਧ ਗਈ, ਸਬਸਿਡੀ ਬਹੁਤ ਦੇ ਰਹੇ ਨੇ ਆਪਾਂ ਜੀ। ਤੇ ਇੱਧਰ ਵੀ ਗੱਲ ਕਰ ਲਈਏ, ਹਾਂਜੀ ਬਾਬਾ ਜੀ ਤੁਹਾਡੇ ਕੋਲੇ ਵੀ ਹੈ ਜੀ ਇਹੀ? ਬਿਲਕੁਲ। ਅੱਛਾ ਕਿਵੇਂ ਆਏ ਦਾ? ਇਹ ਸੁਪਰ ਸੀਡਰ ਹੈ ਮੇਰੇ ਕੋਲ 2 ਸਾਲ ਤੋਂ ਹੈ ਐਗਰੀ ਜ਼ੋਨ ਦਾ। ਅੱਛਾ ਜੀ। ਤੇ ਮੈਨੂੰ 2 ਸਾਲ 'ਚ ਕੋਈ ਪ੍ਰੋਬਲਮ ਨਹੀਂ ਆਈ ਕਿਸੇ ਵੀ ਤਰ੍ਹਾਂ। ਪਿੰਡ ਆ ਹੀ ਆਪਣਾ? ਮੇਰਾ ਪਿੰਡ ਤਾਂ ਹਰਿਆਣੇ 'ਚ। ਅੱਛਾ, ਹਾਂਜੀ ਹਰਿਆਣੇ 'ਚ। ਹਾਂਜੀ। ਅਤੇ ਇਹਦੀ ਬਿਜਾਈ ਦੂਜੇ ਸੁਪਰ ਸੀਡਰਾਂ ਦੇ ਕੰਪਨੀਆਂ ਦੇ ਨਾਲੋਂ ਬਹੁਤ ਅੱਛੀ ਹੈ। ਇਹਦੇ ਵਿੱਚ ਸਟਾਈਨਾਂ ਲੱਗੀ ਹੋਈਆਂ ਜਿਹੜੀਆਂ 2 ਬੀਜ ਅੱਡ ਗੇੜ ਦੀਆਂ, ਖਾਦ ਅੱਡ ਗੇੜ। ਇਹ ਵੱਡੀ ਗੱਲ, ਬੀਜ ਫਿਰ ਮਤਲਬ ਅੱਡ ਅੱਡ ਡਿੱਗਦਾ, ਅੱਡ ਅੱਡ ਗਿਰਦਾ ਹੈ, ਖਾਦ ਥੱਲੇ ਗਿਰਦਾ, ਬੀਜ ਉੱਤੇ ਗਿਰਦਾ। ਜਦ ਬੀਜ ਜੰਮ ਜਾਂਦਾ, ਉਹ ਤੋਂ ਬਾਅਦ ਜੰਮਣ ਤੋਂ ਬਾਅਦ ਉਹਨੂੰ ਖਾਦ ਦੀ ਲੋੜ ਹੁੰਦੀ ਹੈ, ਉਸ ਟਾਈਮ ਉਹਨੂੰ ਖਾਦ ਮਿਲਦਾ। ਇਹਦੀ ਵਜ੍ਹਾ ਤੋਂ ਇਹਦਾ ਕੀ ਹੈ, ਝਾੜ ਦਾ ਫਰਕ ਪੈਂਦਾ। ਇਹ ਸੁਪਰ ਸੀਡਰ ਬਹੁਤ ਹੀ ਇੱਦਾਂ ਦੀ ਤਕਨੀਕ ਨਾਲ ਬਣਾਇਆ ਗਿਆ ਹੈ ਕਿ ਟਰੈਕਟਰ ਦਾ ਜ਼ੋਰ ਹੀ ਨਹੀਂ ਲੱਗਦਾ, ਡੀਜ਼ਲ ਵੀ ਘੱਟ, ਡੀਜ਼ਲ ਦੀ ਖਪਤ ਬਹੁਤ ਘੱਟ ਹੈ, ਅਤੇ ਆਪਾਂ ਨੂੰ ਬਿਜਾਈ ਫ੍ਰੀ ਪੈ ਜਾਂਦੀ ਹੈ ਇੱਕ ਕਿਸਮ ਦੀ। ਮੈਂ ਵੱਡੀ ਗੱਲ ਹੋ ਜਾਂਦੀ ਹੈ। ਹਾਂਜੀ ਬਿਲਕੁਲ। ਅਤੇ ਦੂਜੀ ਗੱਲ ਇਹ ਹੈ ਕਿ ਇਹਦੇ ਵਿੱਚ ਦੂਜਿਆਂ ਨਾਲੋਂ ਮੇਰੇ ਨਾਲਦਿਆਂ ਨੇ ਵੀ ਬੀਜਿਆ ਸੀ, ਅਤੇ ਉਹਨਾਂ ਦੇ ਮੇਰੇ ਝਾੜ ਦੇ ਵਿੱਚ 2.5-3 ਕੁਇੰਟਲ ਦਾ ਫਰਕ ਹੈ। ਲੋਹਾ ਵੀ ਚੰਗਾ ਲਾਇਆ ਦੱਸਦੇ ਆ? ਲੋਹਾ ਚੰਗਾ ਹੈ। ਮੈਂ ਇਹਨਾਂ ਦੀ ਕੰਪਨੀ ਦੇ ਵਿੱਚ ਵੀ ਜਾ ਕੇ ਪਲਾਂਟ ਦੇ ਅੰਦਰ ਦੌਰਾ ਵੀ ਕਰਕੇ ਆਇਆ ਸੀ ਇੱਕ ਵਾਰ। ਅੱਛਾ। ਇਸੇ ਕਰਕੇ ਮੈਂ ਸਾਰੇ ਕਿਸਾਨ ਵੀਰਾਂ ਨੂੰ ਇਹ ਕਹਿਣਾ ਚਾਹੁੰਦਾ, ਚਾਹੇ ਉਹ ਪੰਜਾਬ ਦੇ ਨੇ ਚਾਹੇ ਉਹ ਹਰਿਆਣੇ ਦੇ ਜਾਂ ਆਲ ਓਵਰ ਇੰਡੀਆ ਦੇ, ਬਈ ਅਗਰ ਸੰਦਾ ਲੈਣਾ ਹੈ ਤਾਂ ਭਾਈ ਐਗਰੀ ਜ਼ੋਨ ਦਾ ਹੀ ਲਓ। ਜੀ ਜਿਹਨੇ ਲੈ ਲਿਆ ਉਹਨੇ ਕਿਸੇ ਨੇ ਨਿਖੇਧੀ ਨਹੀਂ ਕੀਤੀ। ਹੁਣ ਸਭ ਇਹ ਕਹਿੰਦੇ ਵੀ ਸਭ ਤੋਂ ਵਧੀਆ। ਬਿਲਕੁਲ। ਜਿੰਨੇ ਸੰਦੇ ਲੈਣੇ ਚਾਹੁੰਦੇ, ਮੈਂ ਤਾਂ ਇਹ ਪ੍ਰਾਰਥਨਾ ਕਰਾਂਗਾ ਕਿਸਾਨ ਵੀਰਾਂ ਨੂੰ, ਬਈ ਲੈਣੇ ਤਾਂ ਹੈ ਹੀ ਆ, ਪੈਸਾ ਤਾਂ ਖਰਚਣਾ ਹੀ ਹੈ, ਲੇਕਿਨ ਕੋਈ ਚੰਗਾ ਮਾਲ ਖਰੀਦੋ। ਚੰਗਾ ਮਾਲ ਖਰੀਦਣ ਤੋਂ ਬਾਅਦ ਕੀ ਹੈ, ਆਪਾਂ ਨੂੰ ਫਾਇਦਾ ਹੋਵੇ। ਮੈਂ ਸਾਰੇ ਕਿਸਾਨ ਭਰਾਵਾਂ ਨੂੰ ਇਹੀ ਕਹਿਣਾ ਚਾਹੁੰਦਾ ਹੈ ਕਿ ਅਗਰ ਲਾਭ ਲੈਣਾ ਚਾਹੁੰਦੇ ਹੋ ਤਾਂ ਮੇਰੀ ਬੇਨਤੀ ਹੈ ਕਿ ਐਗਰੀ ਜ਼ੋਨ ਦਾ ਹੀ ਸੰਦਾ ਖਰੀਦੋ। ਖਰੀਦੋ ਕੋਈ ਵੀ, ਚਾਹੇ ਆਪਾਂ ਲੈਵਲਰ ਖਰੀਦੀਏ, ਚਾਹੇ ਆਪਾਂ ਸੁਪਰ ਸੀਡਰ ਖਰੀਦੀਏ, ਚਾਹੇ ਆਪਾਂ ਬੇਲਰ ਖਰੀਦੀਏ, ਅਤੇ ਮੇਰੀ ਇਹ ਬੇਨਤੀ ਸਾਰੇ ਕਿਸਾਨ ਭਰਾਵਾਂ ਨੂੰ ਹੈ ਕਿ ਅਗਰ ਤੁਸੀਂ ਖਰੀਦਣਾ ਚਾਹੁੰਦੇ ਤਾਂ ਐਗਰੀ ਜ਼ੋਨ ਦਾ ਹੀ ਖਰੀਦੋ। ਧੰਨਵਾਦ ਜੀ, ਧੰਨਵਾਦ, ਮਿਹਰਬਾਨੀ, ਸ਼ੁਕਰੀਆ, ਧੰਨਵਾਦ ਭਰਾ ਤੁਹਾਡਾ ਵੀ। ਸੋ ਇਹ ਸੀ ਐਗਰੀ ਜ਼ੋਨ ਵਾਲੇ, ਤਾਂ ਰਿਵਿਊ ਤੁਸੀਂ ਵੇਖ ਹੀ ਲਏ ਆ, ਅਤੇ ਬਾਕੀ ਥੋੜ੍ਹੇ ਨੇੜੇ ਤੇੜ ਏਜੰਸੀਜ਼ ਇਹਨਾਂ ਦੇ ਹੈਗੀਆਂ ਫਰ, ਹੈ ਨਾ, ਉੱਥੋਂ ਜਾ ਕੇ ਵੀ ਪਤਾ ਕਰ ਸਕਦੇ ਹੋ, ਤਾਂ ਬਾਕੀ ਤੁਹਾਡੇ ਆਂਢ ਗੁਆਂਢ ਦਾ ਚੱਲਦੇ ਹੈਗੇ ਆ, ਉੱਥੋਂ ਪਤਾ ਲੱਗ ਹੀ ਜਾਣਾ। ਬਾਕੀ ਐਗਰੀ ਜ਼ੋਨ ਨਾਂ ਬਹੁਤ ਵੱਡਾ। ਧੰਨਵਾਦ।